ਇਹ ਦਰਦਨਾਕ ਮਾਮਲਾ ਸਾਹਮਣੇ ਆਇਆ ਅਜਨਾਲਾ ਦੇ ਨਜ਼ਦੀਕੀ ਪਿੰਡ ਟਾਹਲੀ ਸਾਹਿਬ ਤੋਂ, ਜਿੱਥੇ ਤੁਹਾਡੇ ਸਾਹਮਣੇ ਤਸਵੀਰ ਹੈ ਦਰਸ਼ਨ ਸਿੰਘ ਨਾਂ ਦੇ ਇੱਕ ਸ਼ਖਸ ਦੀ, ਜੋ ਬੀਤੇ ਦਿਨੀ ਘਰੋਂ ਨਿਕਲਿਆ ਤਾਂ ਸਕੂਲ 'ਚ ਆਪਣੀ ਡਿਊਟੀ ਦੇਣ ਸੀ, ਪਰ ਮੁੜ ਕੇ ਉੱਥੇ ਪਹੁੰਚਿਆ ਹੀ ਨਹੀਂ ਅਤੇ ਨਾ ਹੀ ਘਰ ਆਇਆ। ਤਸਵੀਰਾਂ 'ਚ ਨਜ਼ਰ ਆਉਂਦਾ ਪੁੱਤ ਆਪਣੇ ਪਿਓ ਨੂੰ ਇੱਥੇ ਲੱਭਦਾ ਰਿਹਾ, ਪਰ ਰਾਹ 'ਚ ਕੁਝ ਮਿਲਿਆ ਤਾਂ ਇਸ ਪੁੱਤ ਨੂੰ ਬਸ ਉਸਦੇ ਪਿਓ ਦੀ ਲਾਸ਼, ਜਿੱਥੇ ਮੌਕੇ 'ਤੇ ਜਦੋਂ ਵਰਤੇ ਇਸ ਭਾਣੇ ਬਾਰੇ ਪੁੱਤ ਨੂੰ ਪੁੱਛਿਆ ਗਿਆ ਤਾਂ ਉਹ ਦੱਸਦਾ ਦੱਸਦਾ ਗੱਲਾਂ ਕਰਦਾ ਹੀ ਬੇਹੋਸ਼ ਹੋ ਗਿਆ, ਹੋਸ਼ ਹੀ ਇਸਦੇ ਗੁੰਮ ਹੋ ਗਏ। ਤੁਸੀਂ ਵੀ ਵੇਖੋ। ਡੈਡੀ ਦਾ ਨਾਮ ਦਰਸ਼ਨ ਸਿੰਘ ਹੈ ਜੀ। ਹਾਂਜੀ। ਹੋਰ ਇੱਥੋਂ ਘਰੋਂ ਰਸਤੇ 'ਤੇ ਜਾਂਦੇ ਡਿਊਟੀ 'ਤੇ? ਰੋਜ਼ ਜਾਂਦੇ ਹਨ। ਰੋਜ਼ ਜਾਂਦੇ ਨੇ। ਇਹ ਘਟਨਾ ਮਤਲਬ ਹੀ ਆ। ਨੌਕਰੀ ਕਰਦਾ? ਹਾਂਜੀ। ਅਤੇ ਕਿੱਥੇ ਨੌਕਰੀ ਕਰਦੇ? ਸਰਕਾਰੀ ਸਕੂਲ ਹੋ ਕੇ 6 ਵਜੇ ਜਾਂਦੇ ਸੀ। ਅੱਛਾ ਜੀ। ਕਿੱਦਾਂ ਕੀ ਕਰਨਾ ਜੀ, ਕਿੱਦਾਂ ਪਤਾ ਲੱਗਾ ਤੁਹਾਨੂੰ? ਸਾਨੂੰ ਬਾਹਰ ਕੋਈ ਪ੍ਰੋਬਲਮ ਮਿਲੀ, ਸਾਨੂੰ 9:30 ਤੱਕ ਫਿਰ ਅਸੀਂ ਗਏ, ਕਾਫੀ ਚਿਰ ਲੱਭਦੇ ਲੁਭਦੇ ਲਏ ਉੱਥੇ, ਇਸ ਕਰਕੇ। ਕੋਈ ਮਿਲਿਆ, ਕੋਈ ਲਾਗੇ ਕਲੂ ਮਿਲਿਆ ਕਿਸ ਚੀਜ਼ ਦੇ ਨਾਲ ਐਕਸੀਡੈਂਟ ਹੋਇਆ? ਨਹੀਂ ਜੀ, ਉਦੋਂ ਨਹੀਂ ਸੀ। ਕੋਈ ਚੀਜ਼ਾਂ ਮਿਲੀਆਂ ਉੱਥੇ? ਨਹੀਂ, ਮੁਲਾਜ਼ਮਾਂ ਦੀ ਗੱਡੀ, ਗੱਡੀ ਦਾ ਨੰਬਰ ਲੱਭਾ ਟੁੱਟਾ ਗਿਆ ਅਤੇ ਦੂਜੀ ਕਲੋਲ ਮਿਲੀ ਹੈ ਜੀ। ਕੀ ਲੱਗਦਾ ਕਿੱਦਾਂ ਹੋਇਆ ਹੋਊਗਾ ਉਹਨਾਂ ਦੀ ਮੌਤ? ਉੱਥੇ ਇਸ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਵੀ ਇਸ 'ਤੇ ਮਾਮਲਾ ਦਰਜ ਕਰਕੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਤੀ ਏਐਸਪੀ ਦੇਵਰਾਏ ਸਾਥੀਆਂ ਸਮੇਤ ਮੇਨ ਚੌਂਕ ਜਾਣਾ ਮੌਜੂਦ ਸੀ। ਉੱਥੇ ਗੁਰਪ੍ਰੀਤ ਸਿੰਘ ਸਾਨੂੰ ਦਰਸ਼ਨ ਸਿੰਘ ਨੇ ਇਤਲਾਹ ਦਿੱਤੀ ਕਿ ਉਸਦਾ ਫਾਦਰ ਜਿਹੜਾ ਵਾ PN ਦੀ ਨੌਕਰੀ ਕਰਦਾ ਵਾ ਸਾਡੇ ਸਰਕਾਰੀ ਸਕੂਲ ਉੱਠਿਆਂ ਵਿਖੇ। ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਰਾਤ ਚੌਕੀਦਾਰ ਲਈ। ਉਹ ਅਨਨੋਨ ਵਹੀਕਲ ਨੇ ਉਹਨੂੰ ਸਾਈਡ ਮਾਰ ਕੇ ਉਹਦਾ ਮੋਟਰਸਾਈਕਲ ਕਾਫੀ ਨੁਕਸਾਨ ਆਇਆ ਅਤੇ ਉਹਦੀ ਡੈਥ ਹੋ ਗਈ ਸੀ। ਅਸੀਂ ਮਾਮਲਾ ਦਰਜ ਕਰਤਾ ਵਾ। ਅਨਨੋਨ ਵਹੀਕਲ ਅਤੇ ਅਨਨੋਨ ਸਾਡਾ ਸਵਾਰ ਸੀ, ਉਹਦੀ ਭਾਲ ਕਰ ਰਹੇ ਹਾਂ। ਗਾੜੀ ਅਨਨੋਨ ਦਾ ਵਹੀਕਲ ਦਾ ਪਤਾ ਲੱਗੇਗਾ, ਸਵਾਰ ਦਾ ਪਤਾ ਲੱਗੇਗਾ, ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਹੁਣ ਇੱਥੇ ਜਿਸ ਪਿਓ ਨੇ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ, ਪਾਲ ਕੇ ਵੱਡਾ ਕੀਤਾ ਹੋਵੇ, ਉਸਦੀ ਇੰਝ ਮੌਤ ਦੀ ਖਬਰ ਆਉਣ ਨਾਲ ਕਿੰਨਾ ਵੱਡਾ ਗਮ ਦਿਲ 'ਤੇ ਲੱਗਦਾ ਹੈ, ਇਹ ਤਾਂ ਜਿਸ 'ਤੇ ਬੀਤਦੀ ਹੈ ਉਹੀ ਜਾਣਦਾ ਹੈ। ਬਾਕੀ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਇਸ ਮਾਮਲੇ 'ਤੇ ਅੱਗੇ ਹੁਣ ਕੀ ਕਾਰਵਾਈ ਕਰਦੀ ਹੈ। ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156805085 'ਤੇ।